ਖਬਰ ਲੈਂਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। ਕਈ ਮਹੀਨਿਆਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲੇ। ਨਵਜੋਤ ਸਿੰਘ ਸਿੱਧੂ ਨੇ ਬਾਹਰ ਨਿਕਲ ਕੇ ਵੀ ਮੀਡੀਆ ਤੋਂ ਦੂਰੀ ਬਣਾਈ ਰੱਖੀ। ਹਾਲਾਂਕਿ ਮੀਡੀਆ ਵੱਲੋਂ ਉਹਨਾਂ ਤੋਂ ਬਾਰ ਬਾਰ ਪੁੱਛਿਆ ਜਾ ਰਿਹਾ ਸੀ ਕਈ ਤਰ੍ਹਾਂ ਦੇ ਸਵਾਲ, ਪਰ ਉਹਨਾਂ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਗੁਰੂ ਨਾਨਕ ਹੌਸਪੀਟਲ ਦੇ ਡਾਕਟਰ ਅਤੇ ਨਰਸ ਜਿਹੜੇ ਇਸ ਸਮੇਂ ਮਹਾਮਾਰੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ, ਉਹਨਾਂ ਨੂੰ 2000 ਦੇ ਕਰੀਬ ਮਾਸਕ ਅਤੇ ਸੈਨੀਟਾਈਜ਼ਰ ਦੇਣ ਦਾ ਭਰੋਸਾ ਦੇ ਕੇ ਚਲੇ ਗਏ। ਮਹਾਮਾਰੀ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਗੁਰੂ ਨਾਨਕ ਹੌਸਪੀਟਲ ਵਿਖੇ ਪਹੁੰਚੇ ਅਤੇ ਨਵਜੋਤ ਸਿੰਘ ਸਿੱਧੂ ਨੇ ਉੱਥੋਂ ਦੇ ਮੈਡੀਕਲ ਸੁਪਰੀਡੈਂਟ ਸਾਹਿਬ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੂੰ ਭਰੋਸਾ ਦਿੱਤਾ ਕਿ ਬਹੁਤ ਜਲਦੀ ਤੁਹਾਨੂੰ 2000 ਦੇ ਕਰੀਬ ਮਾਸਕ ਅਤੇ ਸੈਨੇਟਾਈਜ਼ਰ ਪ੍ਰੋਵਾਈਡ ਕੀਤੇ ਜਾਣਗੇ। ਔਰ ਕਾਫੀ ਦਿਨਾਂ ਤੋਂ ਇਹ ਖਬਰਾਂ ਵਾਇਰਲ ਹੋ ਰਹੀਆਂ ਸੀ ਕਿ ਡਾਕਟਰ ਕੀ ਕਰਨ, ਕਿਉਂਕਿ ਉਹਨਾਂ ਵਾਸਤੇ ਕੋਈ ਵੀ ਉੱਥੇ ਸਾਜੋ ਸਮਾਨ ਨਹੀਂ ਹੈ। ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਤੁਹਾਨੂੰ ਜਲਦੀ ਹੀ ਜਿਹੜੀਆਂ ਕਿੱਟਸ ਨੇ ਉਹ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ। ਵੱਡੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸਾਰੀ ਗੱਲਬਾਤ ਮੈਡੀਕਲ ਆਫੀਸਰ ਦੇ ਨਾਲ ਕੀਤੀ, ਪਰ ਉਸ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਆਪਣੀ ਗੱਡੀ ਵਿੱਚ ਬੈਠੇ ਔਰ ਚਲੇ ਗਏ। ਹਾਲਾਂਕਿ ਉਸ ਤੋਂ ਬਾਅਦ ਮੈਡੀਕਲ ਆਫੀਸਰ ਦੇ ਨਾਲ ਬਾਕਾਇਦਾ ਤੌਰ 'ਤੇ ਮੀਡੀਆ ਨੇ ਗੱਲਬਾਤ ਕੀਤੀ ਹੈ। ਕੀ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ। ਅਭੀ ਅਭੀ ਸਿੱਧੂ ਸਾਹਿਬ ਆਏ ਹੈ, ਉਹ ਇਸ ਸੰਸਥਾ ਕੀ ਮਦਦ ਕੇ ਲੀਏ ਕੁਛ ਕਿੱਟੇ ਦੇਣੇ ਕਾ ਵਿਸ਼ਵਾਸਨ ਦੇ ਕੇ ਗਏ ਹਾਂ ਹਮੇ ਔਰ ਹਮੇ ਕੁਛ ਮਾਸਕ ਦੇ ਕੇ ਗਏ ਹਾਂ, ਸੈਨੀਟਾਈਜ਼ਰ ਦੇ ਕੇ ਗਏ ਹਾਂ। ਕਿਤਨੇ ਮਾਸਕ ਦੇ ਕੇ? 2000 ਦੀ ਐਗਜੈਕਟਲੀ ਯਾਦ ਨਹੀਂ ਆ ਵੀ ਕੌਣ ਕਰੇਗੇ ਤੋਂ ਪਤਾ ਲੱਗੇ। ਇਹ ਸਰ ਸਮਾਨ ਕਿਸ ਕੋ ਵਿਤਰਿਤ ਕੀਤਾ ਜਾਏਗਾ? ਇਹ ਜੋ ਹਮਾਰੇ ਇੰਪਲਾਈ ਯਹਾਂ ਹੈ ਨਾ, ਉਨ ਸਭੀ ਕੋ ਜੋ ਹੈ ਨਾ, ਇਹ ਉਨ੍ਹੀਂ ਕੇ ਲੀਏ ਯੂਜ਼ ਹੋਗਾ। ਠੀਕ ਹੈ ਨਾ, ਜੋ ਐਮਰਜੈਂਸੀ ਮੇਂ ਕਾਮ ਕਰਤੇ ਹੈ ਜਾਂ ਕਰੋਨਾ ਵਾਰਡ ਮੇਂ ਕਾਮ ਕਰਤੇ ਹੈ ਜਾਂ ਜੋ ਹਮਾਰੇ ਉਨ ਲੋਗੋਂ ਕੋ ਹੈਂਡਲ ਕਰਤੇ ਹੈ ਜੋ ਕਰੋਨਾ ਕੇ ਪੇਸ਼ੈਂਟ ਕੇ ਠੀਕ ਕਰ। ਅਭੀ ਇਹ ਸਮਾਨ ਸਫੀਸ਼ੀਐਂਟ ਹੈ ਜਾਂ ਹੋਰ ਵੀ ਸਮਾਨ ਕੀ ਜ਼ਰੂਰਤ ਹੈ? ਅਭੀ ਔਰ ਕੀ ਸਮਾਨ ਕੀ ਜ਼ਰੂਰਤ ਆ ਰਹੀ ਹੈ, ਹਮਨੇ ਆਰਡਰ ਵੀ ਰਿਲੀਜ਼ ਕੀਆ ਹੋਇਆ, ਪੰਜਾਬ ਸਰਕਾਰ ਹਮੇ ਪੂਰੀ ਤਰ੍ਹਾਂ ਸੇ ਸਪੋਰਟ ਦੇ ਰਹੀ ਹੈ। ਕੁਛ ਸਮਾਨ ਹਮੇ ਉਹ ਦਿੱਲੀ ਗਵਰਨਮੈਂਟ ਸੇ ਸੈਂਟਰਲ ਗਵਰਨਮੈਂਟ ਸੇ ਮਿਲ ਰਹਾ ਹੈ, ਠੀਕ ਹੈ। ਕੁਛ ਹਮੇ ਐਨ ਜੀ ਓਜ਼ ਵੀ ਦੇ ਰਹੀ ਹੈ, ਪਰ ਪੰਜਾਬ ਸਰਕਾਰ ਕਾ ਹਮੇ ਬਹੁਤ ਜ਼ਿਆਦਾ ਹਮਾਰੇ ਮੰਤਰੀ ਜੀ ਹੈ ਇਸਕੇ ਬਹੁਤ ਸਹਿਯੋਗ ਦੇ ਰਹੇ ਹੈ। MP ਸਾਹਿਬ ਨੇ ਵੀ ਹਮੇ ਕੁਛ ਸਮਾਨ ਮੰਗਵਾ ਕੇ ਦੀਆ ਹੈ। ਸੋ ਸਭੀ ਰਲ ਮਿਲ ਕੇ ਹਮ ਇਕੱਠੇ ਕੰਮ ਕਰ ਰਹੇ ਹੈ ਤਾਂ ਕਿ ਕਿਸੇ ਤਰ੍ਹਾਂ ਸੇ ਕਿਸੇ ਕੀ ਤਰ੍ਹਾਂ ਕੀ ਕੋਈ ਕਮੀ ਨਾ ਰਹਿ ਜਾਵੇ। ਜੋ ਡਾਕਟਰ ਵਗੈਰਾ ਨਰਸ ਵਗੈਰਾ ਉਹਨਾਂ ਕੋ ਮਿਲ ਕੇ ਗਏ ਜੋ ਉਹਨਾਂ ਕੀ ਮੁਸ਼ਕਲੇ ਸੀ? ਸਭੀ ਕੋ ਸਭੀ ਕੁਛ ਮਿਲ ਰਿਹਾ ਹੈ, ਜਹਾਂ ਜਹਾਂ ਜੋ ਜੋ ਚਾਹੀਏ। ਦੇਖੋ ਹਮ ਘਰ ਮੇ ਹਮ ਕਹੇਂਗੇ ਕਿ ਕਿੱਟ ਡਾਲ ਕੇ ਧੋਨੇ, ਜੇ ਪੋਸੀਬਲ ਨਹੀਂ ਹੈ ਹੋਣਾ ਵੀ ਨਹੀਂ ਚਾਹੀਏ। ਆਪਣੇ ਘਰ ਮੇ ਹਮ ਕਿੱਟ ਪਹਿਨ ਕੇ ਪਹਿਨਤੇ ਹੈ ਕਭੀ ਘੁੰਮਤੇ ਹੈ ਕਭੀ। ਸਰ ਅਕੋਮੋਡੇਸ਼ਨ ਕੀ ਦਿੱਕਤ ਆ ਰਹੀ ਸੀ? ਅਭੀ ਨਹੀਂ ਆ ਰਹੀ, ਹਮਨੇ ਉਹ ਜੋ ਹੈ ਨਾ ਹਮਾਰਾ ਇੱਕ ਸੈਂਟਰ ਹੈ ਉਸਕੋ ਹਮਨੇ ਅਰੇਂਜ ਕਰ ਲਿਆ ਹੈ ਔਰ ਇਧਰ ਯੇ ਹਮਾਰੀ ਸਰਾਇਆ ਹੈ ਉਸਕੋ ਵੀ ਲੈ ਲਿਆ ਹੈ ਔਰ ਨਰਸਿੰਗ ਹੋਸਟਲ ਜੋ ਹੈ ਨਾ ਉਸਮੇ ਹਮਨੇ ਕੁਛ ਕਮਰੇ ਖਾਲੀ ਕਰਵਾ ਦਿਆ, ਜਿਸ ਵੀ ਕਿਸੀ ਨਰਸ ਕੋ ਕਲਾਸ ਕੋ ਡਾਕਟਰ ਕੋ ਜ਼ਰੂਰਤ ਪੜਤੀ ਹੈ ਉਨਕੋ ਹਮ ਜੋ ਹੈ। ਆਜ ਤੱਕ ਕਿਤਨੇ ਪੋਜ਼ਿਟਿਵ ਪੇਸ਼ੈਂਟ ਹੈ ਜੋ ਜਿਨਕਾ ਇਲਾਜ ਚੱਲ ਰਿਹਾ ਹੈ? ਅਪਡੇਟ ਬਤਾ ਦਿਓ। ਟੋਟਲ 5 ਪੇਸ਼ੈਂਟ ਹੈ। ਅੱਜ ਵੀ ਕੋਈ ਨਵਾਂ ਪੇਸ਼ੈਂਟ ਕੇਸ ਹੈ? ਅੱਜ ਅਭੀ ਫਾਈਨਲ ਹੋਣਾ ਹੈ, ਪ੍ਰੀਲਿਮਿਨਰੀ ਪੋਜ਼ਿਟਿਵ ਆਇਆ ਉਸਕੋ ਜੋ ਫਾਈਨਲ ਕਰਨਾ ਹੈ। ਜੰਡਿਆਲਾ ਕਾ ਕੇਸ ਹੈ? ਜੰਡਿਆਲਾ ਕਾ ਕੇਸ ਹੈ, ਉਸਕੇ ਰਿਜ਼ਲਟ ਆਣੇ। ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।